ਜਿਹੜਾ ਇਹ ਕੈਮੀਕਲ ਹੈ ਇਹਨੂੰ ਐਜ ਏ ਸੈਂਟ ਦੇਸੀ ਘੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ, ਇਹ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਜੇ ਹੱਥ 'ਤੇ ਵੀ ਲੱਗ ਜੇ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਘੀ ਦੀ ਜਾਂਦੀ ਨਹੀਂ, ਅਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਸੈਂਟ ਯੂਜ਼ ਹੋ ਰਿਹਾ, ਅਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਹਾਨੀਕਾਰਕ ਹੈ। ਇਹ ਦੇਖੋ ਫੈਕਟਰੀ ਦੇ ਹਾਲਾਤ ਬਹੁਤ ਮਾੜੇ ਨੇ, ਬੜਾ ਖਸਤਾ ਹਾਲਤ ਦੇ ਵਿੱਚ ਹੈ, ਅਤੇ ਆਹ ਤੁਸੀਂ ਦੇਖ ਰਹੇ ਹੋ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ, ਅਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹਨਾਂ ਨੇ ਕਿੰਨਾ ਦੇਸੀ ਘੀ ਬਣਾ ਕੇ ਬਾਹਰ ਵੇਚਿਆ ਹੋਏਗਾ। ਇਹਦੇ ਵਿੱਚ ਕੁਛ ਨਹੀਂ ਹੈ, ਪੂਰੀ ਡਸਟ ਹੈ, ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ, ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ। ਹਾਂਜੀ ਆਹ ਦੇਖੋ ਇਹ ਸਾਰੇ ਖਾਲੀ ਟੀਨ ਘੀ ਦੇ ਪਏ ਨੇ, ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ। ਆਹ ਸੋਇਆਬੀਨ ਆਇਲ ਦਾ, ਬਨਸਪਤੀ ਦਾ, ਇਹ ਸਾਰੇ ਘੀ ਇਹਦੇ ਯੂਜ਼ ਕੀਤੇ ਹੋਏ ਆ। ਜਿਹੜਾ ਇਹ ਕੈਮੀਕਲ ਹੈ ਇਹਨੂੰ ਐਜ ਏ ਸੈਂਟ ਦੇਸੀ ਘੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ, ਇਹ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਜੇ ਹੱਥ 'ਤੇ ਵੀ ਲੱਗ ਜੇ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਘੀ ਦੀ ਜਾਂਦੀ ਨਹੀਂ, ਅਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਸੈਂਟ ਯੂਜ਼ ਹੋ ਰਿਹਾ, ਅਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਹਾਨੀਕਾਰਕ ਹੈ। ਠੀਕ ਠੀਕ ਹੈ ਜੀ। ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਇੱਥੇ? ਹਾਂਜੀ ਹਾਂਜੀ। ਮਾਲਕ ਕੀ ਕਹਿ ਰਿਹਾ ਹੁਣ? ਮਾਲਕ ਕਹਿੰਦਾ ਮੈਂ ਆ ਰਿਹਾ ਜੀ, ਬਾਹਰ ਗਿਆ ਹੋਇਆ ਜੀ। ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾ ਮਿਲਾ ਕੇ ਕਰ ਰਹੇ ਹੋ ਸਾਰਾ ਕੁਛ ਇਹ ਰਿਫਾਈਂਡ ਦੇ ਵਿੱਚ? ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ? ਬਈ ਹੁਣ ਮੰਨ ਕੇ ਚਲੋ ਅਸੀਂ ਜੋਤਾਂ ਵਾਸਤੇ ਘਿਓ, ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ, ਇਹ ਤਾਂ ਵੱਡੀਆਂ ਵੀ ਸਾਰਾ ਕੁਛ ਕਰ ਰਹੇ ਤੁਸੀਂ ਇੱਥੇ। ਹਾਂਜੀ ਖਾਂਦੇ ਹੋ ਤੁਸੀਂ ਇਹ? ਆਪ ਖਾਂਦੇ ਹੋ ਨਾ? ਆਪ ਰਿਫਾਈਂਡ ਵਰਤਦੇ ਹਾਂ ਇਸ ਤਾਂ। ਇਹ ਨਹੀਂ ਖਾਂਦੇ ਤੁਸੀਂ? ਹਾਂਜੀ। ਲੋਕਾਂ ਨੂੰ ਖਿਲਾ ਰਹੇ ਹੋ? ਸਾਡੇ ਗੁਪਤ ਸੂਚਨਾ ਮਿਲੀ ਸੀ ਭਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ, ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆੜ ਦੇ ਵਿੱਚ ਨਕਲੀ ਦੇਸੀ ਘੀ ਦਾ ਧੰਦਾ ਚੱਲ ਰਿਹਾ। ਬਿਲਕੁਲ ਸਿਹਤ ਲਈ ਕੋਈ ਅੱਛੇ ਗੱਲ ਤਾਂ ਹੈ ਨਹੀਂ ਕਿਉਂਕਿ ਸਾਰਾ ਕੁਛ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ। ਫੈਕਟਰੀ ਦੇ ਓਨਰ ਦਾ ਨਾਂ ਹੈ ਜਿੰਮੀ ਗਰਗ, ਉਹ ਮਾਨਸਾ ਤੋਂ ਹੈ, ਬਾਰ ਬਾਰ ਉਹਨੂੰ ਫੋਨ ਕਰਨ 'ਤੇ ਵੀ ਉਹ ਨਹੀਂ ਇੱਥੇ ਆਈ। ਸਰ ਮੈਂ ਚਰਨਜੀਤ ਸਿੰਘ, ਫੂਡ ਸੇਫਟੀ ਅਫਸਰ ਸੰਗਰੂਰ। ਕਿੱਥੋਂ ਕੀ ਰੇਟ, ਕੀ ਮਸਲਾ ਹੈਗਾ ਸੀਗਾ ਇੱਥੇ ਤੁਸੀਂ? ਸਰ ਅੱਜ ਅਸੀਂ ਇੱਥੇ ਭਵਾਨੀਗੜ੍ਹ ਵਿਖੇ, ਸਾਨੂੰ ਗੁਪਤ ਸੂਚਨਾ 'ਤੇ ਅਸੀਂ ਇਹ ਰੇਡ ਕੀਤੀ ਹੈ ਨਾਭਾ ਰੋਡ 'ਤੇ, ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ। ਕਾਫੀ ਦਿਨਾਂ ਤੋਂ ਅਸੀਂ ਇਹਦੀ ਰੇਕੀ ਕਰ ਰਹੇ ਸੀ ਅਤੇ ਅੱਜ ਅਸੀਂ ਜਦੋਂ ਆਏ ਤਾਂ ਇਹ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ, ਪੈਕਿੰਗ ਵੀ ਹੋ ਰਹੀ ਸੀ, ਅਤੇ ਦੇਸੀ ਘੀ ਅਤੇ ਜਿਵੇਂ ਰਿਫਾਇੰਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ। ਉਹਦੇ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹਾਂ, ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ। ਅਸੀਂ ਇਸ ਯੂਨਿਟ ਨੂੰ ਸੀਲ ਕਰਕੇ ਜਾਵਾਂਗੇ, ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ। ਕੀ ਯੂਨਿਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆਪ ਪੂਰੀ? ਨਹੀਂ ਸਰ, ਉਹ ਸਰਫ ਦਾ ਅਲੱਗ ਕਾਰੋਬਾਰ ਹੈ, ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਬਣਾਉਣ ਦਾ ਕੰਮ ਸੀ, ਅਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ, ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ।
ਨਹੀਂ ਬਿਲਕੁਲ ਗਲਤ ਹੈ ਸਰ, ਸਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਘਿਓ ਬਣਾਉਣਾ। ਇਹ 2 ਨੰਬਰ ਦੇ ਵਿੱਚ ਹੀ ਨਾ ਕੋਈ ਫੂਡ ਲਾਇਸੈਂਸ ਸੀ ਇਹਨਾਂ ਕੋਲ ਅਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ। ਬਟ ਅਸੀਂ ਜਿੰਮੀ ਗਰਗ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ, ਬਟ ਉਹ ਨਹੀਂ ਆਏ ਅਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸਰ? ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਡ ਆਫਿਸਰ ਨੇ, ਸੀ ਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ, ਉਹ ਆ ਕੇ ਗਏ ਨੇ ਅਤੇ ਸਾਰਾ ਚੈੱਕ ਕਰਕੇ ਗਏ ਨੇ। ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਆ ਅਸੀਂ ਉਹ ਕਰ ਰਹੇ ਹਾਂ।